प्यारे बच्चों लेके आ है, चुके हैं क्लास 9th साइंस ਦਾ ਤੁਸਬ ਦਾ ਪਾਠ ਨੰਬਰ 1 ਸਾਡੇ ਵਾਲੇ ਤੁਹਾਡੇ ਪਦਾਰਥ ਦੇ ਇਹ ਸਾਰੇ ਪਿਆਰੇ ਵਿੱਚ ਜੋ ਇੰਪੋਰਟੈਂਟ ਕੁਐਸਚਨਸ ਨੇ ਪੰਜਾਬੀ ਵਿੱਚ ਵੀ ਅਤੇ ਇੰਗਲਿਸ਼ ਵਿੱਚ ਵੀ ਦੋਨੋਂ ਲੈਂਗੁਏਜਸ ਵਿੱਚ ਪਿਆਰੇ ਵਿੱਚ ਆਪਾਂ ਤੁਸਬ ਦੇ ਲਈ ਇਹ ਲੈ ਕੇ ਆਏ ਹਾਂ ਤਾਂ ਸਭ ਤੋਂ ਪਹਿਲਾਂ ਤਾਂ ਜੇ ਹਜ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਦਿਓ ਨਾਲ ਕਰਦੇ ਇਸ ਵੀਡੀਓ ਨੂੰ ਲਾਈਕ ਤੇ ਚਲੋ ਪਿਆਰੇ ਬੱਚਿਓ ਅੱਜ ਦੀ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਹਾਂ ਨਾਲ ਹੀ ਪਿਆਰੇ ਵਿੱਚ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਹਜ ਤੱਕ ਕਰ ਦਿਓ ਲਾਈਕ ਨਹੀਂ ਕੀਤਾ ਇਸ ਵੀਡੀਓ ਨੂੰ ਕਰ ਦਿਓ बेल आइकन नु भी सबने ਕਰ ਦੇਣਾ ਪ੍ਰੈਸ ਤਾਂ ਪਿਆਰੇ ਬੱਚਿਓ ਸਾਰੇ ਦੇ ਸਾਰੇ ਕੁਐਸਚਨ ਜਿੰਨੇ ਵੀ ਇੰਪੋਰਟੈਂਟ ਹੋਣਗੇ ਸਾਰੇ ਦੇ ਸਾਰੇ ਮੈਂ ਤੁਹਾਨੂੰ ਸਮਝਾ ਦਵਾਂਗਾ ਪਹਿਲਾ ਆਪਾਂ ਨੇ ਇਸ ਚੈਪਟਰ ਦੀ ਐਕਸਪਲੇਨੇਸ਼ਨ ਜ਼ਰੂਰ ਪਾ ਦਿੱਤੀ ਹੈ ਸਾਡੇ ਚੈਨਲ ਦੇ ਉੱਤੇ ਉਹ ਤੁਸੀਂ ਜਾ ਕੇ ਦੇਖ ਸਕਦੇ ਹੋ ਹੁਣ ਦੇਖੋ ਇਸ ਵਿੱਚ ਕੁਐਸਚਨ ਤੁਸੀਂ ਪੜ ਲਵੋਗੇ ਸਾਡੇ ਤੋਂ ਸਮਝ ਲਵੋਗੇ ਤੇ ਸਭ ਨੂੰ ਹੋਰ ਵੀ ਯਾਦ ਹੋ ਜਾਣਗੇ ਪਹਿਲੇ ਪ੍ਰਸ਼ਨ ਦ라 ਸ਼ੁਰੂ ਕਰਦੇ ਆ ਵਿਚ ਆਫ ਦਾ ਫੋਲੋਇੰਗ ਆਰ ਮੈਟਰ ਤਾਂ ਇਹਨਾਂ ਵਿੱਚੋਂ ਕਿਹੜੇ ਮੈਟਰ ਨੇ ਪੰਜਾਬੀ ਵਿੱਚ ਵੀ ਪੜਦੇ ਆ ਚੇਅਰ 에어 ਲਵ 스멜 헤이트 알몬ட்ஸ் ਥਾਟ ਕੋਲਡ ਲੈਮਨ ਵਾਟਰ 스멜 ਆਫ ਪਰਫਿਊਮ ਹੁਣ ਦੇਖੋ ਮੇਰੀ ਗੱਲ ਸੁਣ ਲਓ ਪਹਿਲੇ ਇੰਗਲਿਸ਼ ਵਾਲੇ ਸਮਝੋ ਤਾਂ ਮੈਟਰ ਕਿਤੇ ਕਿਤੇ ਹੋਣਗੇ ਜੋ ਕਿ ਇੱਕ ਥੋੜਾ ਮੋਟਾ ਸਪੇਸ ਵੀ ਓਕੂਪਾਈ ਕਰਨਗੇ ਤੇ ਨਾਲ ਨਾਲ ਮਾਸ ਵੀ ਓਕੂਪਾਈ ਕਰਨਗੇ ਇਹਨਾਂ ਵਿੱਚ ਚੇਅਰ ਓਕੂਪਾਈ ਕਰਦੀ ਹੈ 에어 ਓਕੂਪਾਈ ਕਰਦੀ ਹੈ ਲਵ ਨਹੀਂ ਕਰਦਾ ਲਵ ਤਾਂ ਦੇਖੋ ਫੀਲਿੰਗ ਹੈ ਉਸੇ ਤਰ੍ਹਾਂ 스멜 스멜 ਵੀ ਹੁੰਦੀ ਹੈ ਇੱਕ ਟਾਈਪ ਦੀ ਮਤਲਬ 스멜 ਵੀ ਦੇਖੋ 스멜 ਵੀ ਕੋਈ ਜ਼ਿਆਦਾ ਹੋਤਾ ਨਹੀਂ ਹੈ ਤਸਮੈਲ ਵੀ ਇੱਕ ਫੀਲਿੰਗ ਹੀ ਹੈ ਹੇਟ ਹੇਟ ਵੀ ਇੱਕ ਫੀਲਿੰਗ ਹੈ ਆਲਮੰਡਸ ਦੇਖੋ ਇਹ ਤਾਂ ਬਾਦਾਮ ਹੀ ਹੁੰਦੇ ਨੇ ਥਾਟ ਥਾਟ ਵੀ ਇੱਕ ਫੀਲਿੰਗ ਹੈ ਕੋਲਡ ਇਹ ਵੀ ਇੱਕ ਫੀਲਿੰਗ ਹੈ ਲੈਮਨ ਇਹ ਤਾਂ ਨਾਰਮਲ ਚਲੋ ਇਹ ਚੀਜ਼ਾਂ ਦਾ ਨਹੀਂ ਇਹ ਮੈਟਰ ਹੈ ਵਾਟਰ ਮੈਟਰ ਹੈ 스멜 ਆਫ ਪਰਫਿਊਮ ਮੈਟਰ ਹੈ ਤੇ ਇਹ ਸਾਰੇ ਮੈਟਰਾਂ ਜਣਗੇ ਇਥੇ ਇਸ ਦਾ ਉੱਤਰ ਲਿਖਿਆ ਹੋਇਆ ਹੈ ਪੰਜਾਬੀ ਵਾਲਿਆਂ ਵਾਸਤੇ ਤਾਂ ਇਹਨਾਂ ਵਿੱਚ ਕਿਹੜੀ-ਕਿਹੜੀ ਪਦਾਰਥ ਹਨ ਕੁਰਸੀ ਹਵਾਸ ਨੇ ਗੰਧ ਕਿਰਨਾ ਬਦਾਮ ਵਿਚਾਰ ਠੰਡ ਠੰਡਾ ਪਿਆਓ ਇਤਰ ਦੀ ਗੰਧ ਤਾਂ ਪਿਆਰੇ ਵਿੱਚ ਇਹਨਾਂ ਵਿੱਚ ਕਿਹੜੇ-ਕਿਹੜੇ ਆ ਜਾਣਗੇ ਵੈਂਟਰ ਯਾਨੀ ਪਦਾਰਥ ਹੁਣ ਦੇਖੋ ਸਨੇਹ ਯਾਨੀ ਜਿਸ ਨੂੰ ਆਪਾਂ ਪਿਆਰ ਕਹਿੰਨੇ ਹਾਂ ਗੰਧ ਯਾਨੀ ਜਿਸ ਨੂੰ ਆਪਾਂ 스మెల్ ਕਹਿੰਨੇ ਹਾਂ ਕਿਰਣਾ ਯਾਨੀ ਜਿਸ ਨੂੰ ਆਪਾਂ ਕੀ ਕਹਿੰਨੇ ਹਾਂ ਹੇਟ ਕਹਿੰਨੇ ਹਾਂ ਅਤੇ ਠੰਡ ਜਿਸ ਨੂੰ ਆਪਾਂ ਕੋਲ ਕਹਿੰਨੇ ਹਾਂ ਤਾਂ ਹੁਣ ਇਹਨਾਂ ਵਿੱਚੋਂ ਪਿਆਰੇ ਵਿੱਚ ਇਹ ਸਾਰੇ ਮੈਟਰ ਨਹੀਂ ਹੈਗੇ ਬਚੇ ਹੋਏ ਜਿਨ੍ਹਾਂ ਨੇ ਉਹ ਸਾਰੇ ਤੁਸੀਂ ਸਭ ਨੇ ਲਿਖ ਦੇਣੇ ਨੇ ਯਾਨੀ ਪਦਾਰਥ ਦਾ ਪੁੰਜ ਹੁੰਦਾ ਹੈ ਤੇ ਉਹ ਥਾਂ ਘੇਰਦਾ ਹੈ ਇਸੇ ਲਈ ਇਹ ਸਾਰੇ ਜਿਨ੍ਹਾਂ ਨੇ ਆਪਾਂ ਨੇ ਆਹ ਨਾਮ ਲਿਖੇ ਹੋਏ ਨੇ ਇਹ ਸਾਰੇ ਪਦਾਰਥ ਨੇ ਚਲੋ ਪਿਆਰੇ ਬੱਚੇ ਦੂਜੇ ਪ੍ਰਸ਼ਨ ਦੇ ਉੱਤੇ ਚੱਲੀਏ ਹੇ ਲਿਖੇ ਪ੍ਰੇਖਣ ਦੇ ਕਾਰਨ ਦੱਸੋ ਗਰਮਾ-ਗਰਮ ਭੋਜਨ ਦੀ ਮਹਿਕ ਕਈ ਮੀਟਰ ਦੂਰ ਤੋਂ ਤੁਹਾਡੇ ਤੁਹਾਡੇ ਕੋਲ ਪਹੁੰਚ ਜਾਂਦੀ ਹੈ ਪਰ ਠੰਡੇ ਭੋਜਨ ਦੀ ਮਹਿਕ ਲੈਣ ਲਈ ਤੁਹਾਨੂੰ ਉਸ ਦੇ ਕੋਲ ਜਾਣਾ ਪੈਂਦਾ ਹੈ ਹੁਣ ਦੇਖੋ ਪਿਆਰੇ ਬੱਚਿਓ ਕੀ ਆਵੇਗਾ ਕਿ ਗਰਮ ਭੋਜਨ ਗਰਮ ਕਰਨ ਤੇ ਭੋਜਨ ਦੀ ਗੰਧ ਦੇ ਕਣਾਂ ਦਾ ਹਵਾ ਵਿੱਚ ਵਿਸਰਣ ਤੇਜ਼ ਹੋ ਜਾਂਦਾ ਹੈ ਇਹਨਾਂ ਦੇਖੋ ਜਦ ਕਾਈਨੇਟਿਕ એનર્ਜੀ ਵਧੇਗੀ ਜਦ ਆਪਾਂ ਬੋਇਲਿੰਗ ਕਰਦੇ ਹਾਂ ਤਾਂ ਕਾਈਨੇਟਿਕ ਐਨਰਜੀ ਵਧ ਜਾਂਦੀ ਹੈ ਇੱਕ ਦੂਜੇ ਨਾਲ ਟਕਰਾਉਣੇ ਵੱਧ ਜਾਂਦੇ ਨੇ ਤੇ ਕਈ ਹਵਾ ਵਿੱਚ ਛਾਕੇ ਆਪਣੀ ਨੱਕ ਤੱਕ ਆ ਜਾਂਦੇ ਨੇ ਤਾਂ ਪਾਰਟਿਕਲਸ ਹੁੰਦੇ ਨੇ ਉਹ 스మెల్ ਦੇ ਕਾਰਨ ਬਣ ਜਾਂਦੇ ਹਨ ਇਹ ਤੁਸੀਂ ਕੁਐਸਚਨ ਯਾਦ ਕਰ ਸਕਦੇ ਹੋ ਮੈਨੂੰ ਸਮਝ ਆਇਆ ਇਸ ਨੂੰ ਪੂਰਾ ਦਿੱਤਾ ਉਸੇ ਤਰ੍ਹਾਂ ਇੰਗਲਿਸ਼ ਦੇ ਵਿੱਚ ਕਿਵੇਂ ਸਮਝਾਂਗੇ ਆਪਾਂ ਇਸ ਪ੍ਰਸ਼ਨ ਨੂੰ ਤਾਂ ਦੇਖੋ ਦਸ ਮੈਲ ਆਫ ਹੌਟ ਸਿਸਲਿੰਗ ਫੂਡ ਰੀਚਸ ਯੂ ਸੈਵਰਲ ਮੀਟਰਸ ਅਵੇ but to get the smell from cold food you have to go close to dekho pyar vich jad kinetic energy increase ho jandi hai food particles se ik jna takraonde takraonde oh upar chale jande ne upar aake oh apni nak de kol aunde ne nak de vich to apa food nu smell kar lene ha ta large distance to ho janda ab usnu smell kar sakde ho chalo fir agge vadhiye hun dekho agle prashn vich a diver is able to cut through water in a swimming pool which property of matter does this observation show ਕਿ ਦੇਖੋ ਇੱਥੇ ਕਹਿ ਰਹੇ ਨੇ ਪੰਜਾਬੀ ਵਾਲੇ ਵੀ ਕਾਰਪੋਰੇਸ਼ਨ ਸੁਣੋ ਆਪਣਾ ਹਾਂਜੀ ਕੀ সুইমিং ਪੂਲ ਵਿੱਚ ਗੋਤਾਖੋਰ ਪਾਣੀ ਕੱਟ ਲੈਂਦਾ ਹੈ ਇਸ ਨਾਲ ਪਦਾਰਥ ਦਾ ਕਿਹੜਾ ਗੁਣ ਪ੍ਰਗਟ ਹੋਵੇਗਾ ਹੁਣ ਗੋਤਾਖੋਰ ਕੀ ਹੁੰਦਾ ਹੈ সুইমিং ਜੋ ਕਰਦਾ ਹੈ ਯਾਨੀ ਵਿੱਚ ਗੋਤਿਆ ਲਾਉਂਦਾ ਹੈ ਤਾਂ ਬਾਰੇ ਬੱਚਿਓ ਕੀ ਹੋਵੇਗਾ ਕਿ ਪਾਣੀ ਨੂੰ ਉਹ ਕੱਟ ਸਕਦਾ ਹੈ ਤਾਂ ਪਾਣੀ ਨੂੰ ਕਿਵੇਂ ਕੱਟ ਸਕਦਾ ਹੈ ਪਾਣੀ ਦੇ ਵਿੱਚੋਂ ਕੱਟ ਕੇ ਚਲਾ ਗਿਆ ਇਸ ਦਾ ਕਿਹੜਾ ਗੁਣ ਹੋਵੇਗਾ ਤਾਂ ਇਹ ਤੋਂ ਸਿੱਧ ਹੁੰਦਾ ਹੈ ਕਿ ਪਦਾਰਥ ਛੋਟੇ-ਛੋਟੇ ਕਣਾਂ ਤੋਂ ਬਣਿਆ ਹੁੰਦਾ ਹੈ ਜਿਨ੍ਹਾਂ ਨੂੰ ਵੱਖ ਕੀਤਾ ਜਾ ਸਕਦਾ ਹੈ ਕਣਾਂ ਵਿਚਕਾਰ ਕਾਫੀ ਖਾਲੀ ਥਾਂ ਹੁੰਦਾ ਹੈ ਇਹ ਗੱਲ ਸਮਝ ਆ ਗਈ ਹੈ ਮੈਂ ਕਣਾਂ ਵਿਚਕਾਰ ਬਹੁਤ ਹੀ ਜ਼ਿਆਦਾ ਖਾਲੀ ਥਾਂ ਹੁੰਦਾ ਹੈ ਤਾਂ ਇਸ ਕਰਨਾ ਸੇ ਉਹ ਵਿੱਚੋਂ ਜੇ ਨੰਗੇਗਾ ਤਾਂ ਇਹ ਅਲੱਗ ਹੋ ਜਾਣਗੇ ਇਹ ਹੋਰ ਦੂਰ ਹੋ ਜਾਵੇਗੇ ਜਦ ਵੱਡੀ ਬੋਡੀ ਹੋਵੇਗੀ ਇਸ ਤਰ੍ਹਾਂ ਹੁਣ ਦੇਖੋ ਉਹੀ ਇੰਗਲਿਸ਼ ਵਾਲਿਆਂ ਨੇ ਕੀ ਯਾਦ ਕਰਨਾ ਹੈ ਜੋ ਇੱਥੇ ਲਿਖਿਆ ਹੋਇਆ ਹੈ ਦਿਖਾ ਦੇਣੇ ਆਪਾਂ this shows matter is made up of small particles and particles of matter have spaces between them ਹੁੰਡ ਵਾਟਰਰ ਦਾ ਕੈਰੈਕਟਰਿਸਟਿਕਸ ਆਫ ਪਾਰਟਿਕਲਸ ਆਫ ਮੈਟਰ ਇਹ ਦੇਖੋ ਇਹ ਪ੍ਰਸ਼ਨ ਤਾਂ ਵੈਨ ਤੋਂ ਸਭ ਨੂੰ ਕਰਾਇਆ ਹੋਇਆ ਹੈ ਪਹਿਲਾਂ ਮੈਂ ਇਹ ਤਾਂ ਤੁਸੀਂ ਕਰ ਹੀ ਲਿਓ ਖੁਦ ਹੀ ਕਰ ਲਿਓ ਇਹ ਸਮਝਾਇਆ ਹੋਇਆ ਹੈ ਸਮਝਾਉਣ ਵਾਲੀ ਵੀਡੀਓ ਵਿੱਚ ਤਾਂ ਦੇਖੋ ਪੰਜਾਬੀ ਵਾਲਿਆਂ ਨੂੰ ਥੋੜੀ ਜਿਹਾ ਜ਼ਿਆਦਾ ਤੱਕ ਆਪਾਂ ਦਿਖਾ ਦਿੰਨੇ ਆ ਜਦ ਦੂਜੇ ਪ੍ਰਸ਼ਨ ਕਰਨ ਜਾਵਾਂਗੇ ਹੁਣ ਅਰੇਂਜ ਦਾ ਫੋਲੋਇੰਗ ਇਨ ਆਰਡਰ ਆਫ ਇਨਕਰੀਜ਼ਿੰਗ ਡੈਂਸਿਟੀ ਤਾਂ ਡੈਂਸਿਟੀ ਜੀ ਦੀ ਇਨਕਰੀਜ਼ ਹੋਵੇ ਹੁਣ ਦੇਖੋ ਇਹਨਾਂ ਵਿੱਚ ਤੁਸੀਂ ਖੁਦ ਦਿਮਾਗ ਲਗਾਓ ਸਭ ਤੋਂ ਵੱਲ ਦਾ ਡੈਂਸਿਟੀ ਨੂੰ ਆਪਾਂ ਪੰਜਾਬੀ ਵਿੱਚ ਕੀ ਕਹਿੰਦੇ ਆ ਉਹ ਵੀ ਆਪ ਦੇਖ ਹੀ ਲੈਣੇ ਆ। ਇਹ ਇੱਕ ਵਾਰ ਚੌਥਾ ਪ੍ਰਸ਼ਨ ਵੀ ਦੇਖ ਲਓ ਤੁਸੀਂ। ਹਾਂਜੀ। ਹੁਣ ਕੀ ਹੈ ਇਹਨਾਂ ਵਿੱਚੋਂ ਵਾਦੀ ਹੋਈ ਘਣਤਾ ਦੇ ਕ੍ਰਮ ਵਿੱਚ ਦਰਸਾਓ। ਯਾਨੀ ਘਣਤਾ ਵਧੇ ਇਸ ਕ੍ਰਮ ਦੇ ਵਿੱਚ। ਹੁਣ ਸਭ ਤੋਂ ਘੱਟ ਇਹਨਾਂ ਵਿੱਚ ਕਿਸ ਚੀਜ਼ ਦੀ ਘਣਤਾ ਹੈ? ਚਿਮਨੀ ਦਾ ਧੂਆ ਉਸ ਤੋਂ ਬਾਅਦ ਹਵਾ ਫਿਰ ਰੂਮ ਫਿਰ ਪਾਣੀ ਫਿਰ ਸ਼ਹਿਦ ਫਿਰ ਚਾਕ ਫਿਰ ਲੋਹਾ। ਯਾਨੀ ਇੱਕ ਗੈਸ ਤੋਂ ਇੱਕ ਘੱਟ ਗੈਸ ਤੋਂ ਇੱਕ ਵਧੀਆ ਗਿਆ ਸਾਗੀ ਹਵਾ ਵਿੱਚ ਬਹੁਤ ਸਾਰੇ ਪਾਰਟੀਕਲਸ ਹੁੰਦੇ ਨੇ ਤਾਂ ਉਹ ਦੀ ਘਣਤਾ ਵੱਧ ਹੁੰਦੀ ਹੈ ਫਿਰ ਰੂਹ ਆ ਗਈ ਜੋ ਕਿ ਥੋੜੀ ਸੈਮੀ ਸੋਲਿਡ ਹੈ ਪਾਣੀ ਆ ਗਈ ਜੋ ਕਿ ਲਿਕਵਿਡ ਹੈ ਕਿਉਂਕਿ ਰੂਹਾਂ ਤੇ ਪਾਣੀ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਰੂਹ ਦੇ ਵਿੱਚ ਬਹੁਤ ਜ਼ਿਆਦਾ ਹੀ ਸਪੇਸ ਹੁੰਦੇ ਨੇ ਪਾਣੀ ਵਿੱਚ ਉਹ ਨਹੀਂ ਹੁੰਦੇ ਸ਼ਹਿਦ ਸ਼ਹਿਦ ਦੀ ਘਣਤਾ ਹੋਰ ਵੀ ਜ਼ਿਆਦਾ ਆ ਗਈ ਪਾਣੀ ਤੋਂ ਆਦੇ ਚਾਕ ਦੀ ਤਾਂ ਦੇਖੋ ਚਾਕ ਤਾਂ ਹੁੰਦਾ ਹੀ ਸੋਲਿਡ ਹੈ ਲੋਹਾ ਵੀ ਹੁੰਦਾ ਸੋਲਿਡ ਹੈ लोहा पक्का ही सॉलिड है, था, है था वाले गा। तो इस तरह हो जाएगा की हो जाएगा देखो सेम ही समझ ली होगी ने बस उत्तर का फर्क होगा कि एग्जॉस्ट फ्रॉम पहला एगजॉस फिर आएगा कॉटन फिर आएगा वाटर फिर आएगा हनी फिर आएगा चौक फिर आएगा आयरन तो चलो प्यारे बच्चों अगले प्रश्न उत्ते हम आप चलते हाँ कमेंट अपॉन द फॉलोइंग एना दी है ए आपू कुछ डेफिनेशन लिखिया गई ने तो वैसे समझा भी सकते आपा? बट तुँ याद ही कर लो मेन गल यही है जो समझाने वाली ना समझा दें एक बार तुम तो इसमें भीडियो पस करके देख लवो पढ़ लवो लिख लवो जो लिखना चाहते हो यह सारिया उस सारियानों इस तुँ बाद आप इन्हों समझा चलो हमी वालिया वास्तव भी आप दिखा दें आह देख लो निगरता सॉरी दो मिनट आप पिछ जा हाँ जी निगरता ਅਤੇ ਉਸ ਤੋਂ ਬਾਅਦ ਇਹ ਸਾਰਾ ਆਪਣਾ ਦੂਜੇ ਤੋਂ ਲੱਗੇ 6 ਮਹੀਨਿਆਂ ਤੱਕ ਤਾਂ ਸਾਰਾ ਤੁਸੀਂ ਸਭ ਨੇ ਦੇਖ ਲੈਣਾ ਹੁਣ ਸਮਝਾਉ ਰਿਹਾ ਆਪਾਂ ਇੱਕ ਇੱਕ ਕਰਕੇ ਚੀਜ਼ਾਂ ਨੂੰ ਸਭ ਤੋਂ ਪਹਿਲਾਂ ਹੈ ਨਿਗਰਤਾ ਪਦਾਰਥ ਦਾ ਉਹ ਗੁਣ ਜਿਸ ਕਾਰਨ ਪਦਾਰਥ ਦਾ ਆਕਾਰ ਨਹੀਂ ਬਦਲਦਾ ਨਿਗਰਤਾ ਕਹਾ ਹੁੰਦਾ ਹੈ ਕਿ ਉਹ ਕੀ ਪਦਾਰਥ ਦਾ ਆਕਾਰ ਬਦਲ ਨਹੀਂ ਸਕਦਾ ਉਨਾ ਉਵੇਂ ਦਾਕਰ ਹੈ ਉਸੇ ਤਰ੍ਹਾਂ ਕਰ ਰਹੇਗਾ ਕਿਤਾਬ ਹੈ ਕਿਤਾਬ ਵਰਗੀ ਰਹੇਗੀ ਕੋਈ ਹੋਰ ਸ਼ੇਪ ਨਹੀਂ ਬਣ ਜਾਵੇਗੀ ਹੁਣ ਦੇਖੋ ਤੁਹਾਡੀ ਕਿਤਾਬ ਰੈਕਟੈਂਗਲ ਹੈ ਉਹ ਗੋਲ ਥੋੜੀ ਨਾ ਬਣ ਜਾਊਗੀ ਗੱਲ ਇਹ ਹੋ ਜਾਵੇਗੀ ਇਸ ਨੂੰ ਕੀ ਕਹਿੰਦੇ ਨੇ ਨਿੱਗਰ ਤਾਂ ਕਹਿੰਦੇ ਆ ਤੇ ਪੰਜਾਬੀ ਵਿੱਚ ਕੀ ਕਹਿੰਦੇ ਆ ਆ ਸੌਰੀ ਇੰਗਲਿਸ਼ ਵਿੱਚ ਕੀ ਕਹਿੰਦੇ ਰਿਜਿਡਟੀ ਕੀ ਕਹਿੰਦਾ ਰਿਜਿਡਟੀ ਟੈਂਡੈਂਸੀ ਆਫ ਮੈਟਰ ਟੂ ਰਿਜ਼ਿਸਟ ਚੇਂਜ ਇਨ ਇਟ ਸ਼ੇਪ ਕਿ ਉਹ ਆਪਣੇ ਚੇਂਜ ਨਹੀਂ ਲੈ ਕੇ ਆਵੇਗੀ ਸ਼ੇਪ ਵਿੱਚ ਰਿਜ਼ਿਸਟ ਕਰੇਗੀ ਉਸ ਨੂੰ ਅੱਗੇ ਹੈ ਕੰਪਰੈਸੀਬਿਲਟੀ ਕੰਪਰੈਸੀਬਿਲਿਟੀ ਕੰਪਰੈਸੀਬਿਲਿਟੀ ਦਾ ਮਤਲਬ ਹੁੰਦਾ ਹੈ ਕਿ ਇੱਕ ਚੀਜ਼ ਦੇ ਉੱਤੇ ਆਪਾਂ ਜ਼ੋਰ ਲਗਾ ਰਹੇ ਹਾਂ ਤਾਂ ਉਹ ਛੋਟੀ ਹੋ ਚੁੱਕੀ ਹੈ ਉਸ ਨਾਲ ਉਹ ਛੋਟੀ ਬਣਾ ਦਿੱਤਾ ਹੈ ਹੁਣ ਦੇਖੋ ਏਡਾ ਵੱਡਾ ਮੈਟਲ ਦਬਈ ਸੀ ਉਸ ਨੂੰ ਜਦੋਂ ਆਪਾਂ ਨੇ ਜ਼ੋਰ ਲਗਾਇਆ ਤਾਂ ਉਹ ਇੱਕ ਲੰਬੀ ਜੀ ਸ਼ੀਟ ਬਣ ਗਈ ਮੈਟਲ ਦੀ ਲੰਬੀ ਜੀ ਸ਼ੀਟ ਬਣ ਗਈ ਤਾਂ ਬਈਰ ਵਿੱਚ ਉਸੇ ਤਰ੍ਹਾਂ ਹੋ ਸਕਦਾ ਹੈ ਕੰਪਰੈਸੀਬਿਲਿਟੀ ਨੂੰ ਕਹਿੰਦੇ ਹੈ ਐਬਿਲਿਟੀ ਆਫ ম্যাਟਰ ਟੂ ਬੀ ਰਿਡਿਊਸ ਟੂ ਲੋਅਰ ਫਾਰਮ ਇੱਕ ਛੋਟੀ ਫਾਰਮ ਦੇ ਵਿੱਚ ਉਸੇ ਤਰ੍ਹਾਂ ਕਿ ਹੋ ਜਾਵੇਗਾ ਦੋ ਸ਼ਬਦ ਇਹ ਹੀ ਪੰਜਾਬੀ ਵਿੱਚ ਕੀ ਕਹਿੰਦੇ ਹੋ ਇਸ ਨੂੰ ਦਬੀਣੀ ਯੋਗਤਾ ਦੇਖੋ ਗੱਲ ਤਾਂ ਸੇਮ ਹੀ ਹੈ ਇਸ ਦੀ बस ਇਹ ਯਾਦ ਰੱਖ ਲਓ ਤੁਸੀਂ ਬਰਤਨ ਵਿੱਚ ਗੈਸ ਭਰਨਾ ਇਹ ਤਾਂ ਕੋਈ ਜ਼ਿਆਦਾ ਵੱਡੀ ਗੱਲ ਨਹੀਂ ਹੈ ਆਕਾਰ ਵੀ ਬਿਲਕੁਲ ਸਿੰਪਲ ਸੀ ਚੀਜ਼ ਹੈ ਇਹ ਤਾਂ ਤੁਸੀਂ ਯਾਦ ਹੀ ਕਰ ਸਕਦੇ ਹੋ ਗਤੀਜੂਰਜਾ ਤੁਸੀਂ ਸਭ ਨੂੰ ਪਹਿਲਾਂ ਸਮਝਾਏ ਦਿੱਤੀ ਕਾਈਨੇਟਿਕ એનર્ਜੀ ਜਿਸ ਨੂੰ ਕਹਿੰਦੇ ਹਨ ਕਣਤਾ ਵੀ ਸਮਝਾ ਦਿੱਤੀ ਸੀ ਬਚੇ ਹੋਏ ਨੇ ਪਿਆਰ ਵਿੱਚ ਅਜਾ ਇੰਗਲਿਸ਼ ਦੇ ਹੋਣ ਚਾਹੀਏ ਪੰਜਾਬੀ ਦੇ ਸਾਰੇ ਸਮਝਾਏ ਹੋਏ ਨੇ ਬਰਤਨ ਵਿੱਚ ਗੈਸ ਭਰਨਾ ਤੁਸੀਂ ਆਪ ਯਾਦ ਕਰ ਸਕਦੇ ਹੋ ਇੱਕ ਹੁਣ ਅੱਗੇ ਹੈ ਸਾਰਣੀ ਇਸ ਪ੍ਰਕਾਰ ਹੈ ਇੱਥੇ ਇਹ ਸਾਰਣੀ ਦਿੱਤੀ ਗਈ ਹੈ ਹੁਣ ਦੇਖੋ ਇਹ ਸਾਰਣੀ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਹੁਣ ਆਪਾਂ ਇਸ ਸਾਰਣੀ ਨੂੰ ਡਿਸਕਸ ਕਰਦੇ ਹਾਂ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਥੋਸ ਦਾ ਮੈਨੇ ਤੁਹਾਨੂੰ ਕਿਹਾ ਸੀ ਇੰਗਲਿਸ਼ ਵਾਲੇ ਵੀ ਹੁਣ ਇਸ ਚੀਜ਼ ਨੂੰ ਧਿਆਨ ਦੇਣਾ ਸਮਝੋ ਨਾਲ ਨਾਲ ਤੁਹਾਨੂੰ ਸਭ ਨੂੰ ਦੱਸੀ ਜਾਵਾਂਗੇ ਇਸ ਦਾ ਆਕਾਰ ਯਾਨੀ ਇਸ ਦੇ ਸ਼ੇਪ ਨਿਸ਼ਚਿਤ ਹੁੰਦੀ ਹੈ ਥੋਸ ਦੀ ਆਕਾਰ ਨਿਸ਼ਚਿਤ ਹੁੰਦਾ ਹੈ ਹੁਣ ਹੀ ਹੁਣੇ ਦੱਸਿਆ ਸੀ ਇਸ ਦੇ ਸ਼ੇਪ ਹੈ ਜੋ ਉਹ ਹਮੇਸ਼ਾ ਉਵੇਂ ਦੀ ਹੀ ਰਹਿੰਦੀ ਹੈ ਬਦਲ ਨਹੀਂ ਸਕਦੀ ਆਈ ਗੱਲ ਸਮਝ ਦਰਵ ਦਰਵ ਕੀ ਕਹਿੰਦੇ ਆਪਾਂ ਥੋਸ ਕੀ ਹੁੰਦਾ ਵੈਸੇ ਸੋਲਿਡ ਹੁੰਦਾ ਥੋਸ ਕੀ ਹੁੰਦਾ ਸੋਲਿਡ ਐਸ ਅ ਸੋਲਿਡ ਲਿਖ ਲੈਣਾ ਇਹ ਦਰਵ ਹੁੰਦਾ ਲਿਕਵਿਡ ਇਹ ਹੁੰਦਾ 에ਅਰ ਗੈਸ ਸੋਰੀ ਠੀਕ ਹੈ ਨਾ ਇਸ ਨੂੰ ਆਪਾਂ ਗੈਸ ਕਹਨੇ ਆ ਤਾਂ ਦੇਖ ਹੁਣ ਦੇਖੋ ਸੋਲਿਡ ਲਿਕਵਿਡ ਗੈਸ ਹੁਣ ਦਰਵ ਜੋ ਹੁੰਦਾ ਲਿਕਵਿਡ ਹੁੰਦੀ ਹੈ ਇਸ ਦਾ ਆਕਾਰ ਨਿਸ਼ਚਿਤ ਨਹੀਂ ਹੁੰਦਾ ਯਾਨੀ ਇਸ ਦੀ ਸ਼ੇਪ ਸੇਮ ਨਹੀਂ ਰਹਿੰਦੀ ਇਹ ਸ਼ੇਪ ਬਦਲ ਸਕਦੀ ਹੈ ਮੈਨੇ ਇਹ ਸਮਝਾਇਆ ਸੀ ਪਹਿਲਾਂ ਪਾਣੀ ਪਹਿਲਾਂ ਤਾਂ ਇਸ ਤਰ੍ਹਾਂ ਹੋਵੇਗਾ ਫਿਰ ਉਸ ਤੋਂ ਬਾਅਦ ਪਾਣੀ ਨੂੰ ਆਪਾਂ ਇੱਕ ਗਲਾਸ ਵਿੱਚ ਪਾਵਾਂਗੇ ਤਾਂ ਉਹ ਨਾਰਮਲ ਗਲਾਸ ਵਾਲੀ ਸ਼ੇਪ ਵਿੱਚ ਵੀ ਹੋ ਜਾਵੇਗਾ ਗੈਸ ਦੀ ਗੱਲ ਕੀਤੀ ਜਾਵੇ ਇਸ ਦਾ ਆਕਾਰ ਨਿਸ਼ਚਿਤ ਹੁੰਦਾ ਹੀ ਨਹੀਂ ਇਸ ਦਾ ਆਕਾਰ ਨਿਸ਼ਚਿਤ ਨਹੀਂ ਹੁੰਦਾ ਬਸ ਜਿਵੇਂ ਲਿਕਵਿਡ ਦਾ ਇਸ ਦਾ ਵੀ ਨਹੀਂ ਹੁੰਦਾ ਇਹ ਕਿਤੇ ਵੀ ਜਾ ਸਕਦੀ ਹੈ ਇਸ ਦਾ ਬਹੁਤ ਹੀ ਪਿਆਰੇ ਬੱਚਿਓ ਅਲੱਗ ਹੈ ਗੈਸ ਦਾ ਇਹਨਾਂ ਤੋਂ ਅੱਗੇ ਹੁਣ ਠੋਸ ਯਾਨੀ ਸੋਲਿਡ ਦੀ ਗੱਲ ਕੀਤੀ ਜਾਵੇ ਇਸ ਦਾ ਆਇਤਨ ਨਿਸ਼ਚਿਤ ਹੁੰਦਾ ਹੈ ਆ ਦੇ ਲਿਕਵਿਡ ਦਾ ਆਇਤਨ ਨਿਸ਼ਚਿਤ ਨਹੀਂ ਹੁੰਦਾ ਗੈਸ ਦਾ ਆਇਤਨ ਨਿਸ਼ਚਿਤ ਨਹੀਂ ਹੁੰਦਾ ਆਇਤਨ ਕੀ ਹੁੰਦਾ ਆਇਤਨ ਹੁੰਦਾ ਵੋਲਿਊਮ ਯਾਨੀ ਇੱਕ ਚੀਜ਼ ਦੇ ਵਿੱਚ ਕਿੰਨੀ ਜਗ੍ਹਾ ਸਕਦੀ ਹੈ ਹੁਣ ਦੇਖੋ ਮੰਨ ਲਏ ਨੇ ਇੱਕ ਸੋਲਿਡ ਹੈ ਸੋਲਿਡ ਦੇ ਵਿੱਚ ਆਪਾਂ ਨੇ ਕੋਈ ਡੱਬੇ ਪਾਉਣੇ ਨੇ ਤਾਂ ਉਹ ਕਿੰਨੇ ਡੱਬੇ ਉਹ ਆਪਾਂ ਪਤਾ ਕਰ ਸਕਦੇ ਆ ਪਰ ਪਾਣੀ ਵਿੱਚ ਨਹੀਂ ਆਪਾਂ ਪਤਾ ਕਰ ਸਕਦੇ ਕਿਉਂਕਿ ਪਾਣੀ ਦੀ ਜੇ ਆਪਾਂ ਸ਼ੇਪ ਚੇਂਜ ਕਰ ਦਈਏ ਤਾਂ ਬੈਰ ਵਿੱਚੋਂ ਦੇਖੋ ਕਦੇ ਤਾਂ ਪਾਣੀ ਇੱਕ ਡੋਂਗੇ ਵਿੱਚ ਹੈ ਕਦੇ ਇੱਕ ਗਲਾਸ ਵਿੱਚ ਹੋ ਗਿਆ ਹੁਣ ਉਸ ਦੇ ਵਿੱਚ ਵੱਧ ਵੀ ਹੋ ਸਕਦੇ ਨੇ ਘੱਟ ਵੀ ਹੋ ਸਕਦੇ ਨੇ ਡੱਬੇ ਉਸੇ ਤਰ੍ਹਾਂ ਹੋ ਸਕਦੇ ਪੈਰ ਵਿੱਚ ਕਿਉਂਕਿ ਉਸ ਦਾ ਆਇਤਨ ਹੈ ਉਹ ਹਮੇਸ਼ਾ ਸੇਮ ਨਹੀਂ ਰਹੇਗਾ ਯਾਨੀ ਉਸ ਦੀ ਵੋਲਿਊਮ ਸੇਮ ਨਹੀਂ ਰਹੇਗੀ ਥੋੜੀ ਆਵਾਜ਼ ਚੇਂਜ ਹੋ ਗਈ ਸੀ ਸੌਰੀ ਤਾਂ ਚਲੋ ਇਹਨਾਂ ਦੇ ਕਣਾਂ ਵਿੱਚ ਬਹੁਤ ਘੱਟ ਊਰਜਾ ਹੁੰਦੀ ਹੈ ਕਿ ਇਹਨਾਂ ਦੇ ਕਣ ਜੋ ਹੁੰਦੇ ਨੇ ਯਾਨੀ ਇਹਨਾਂ ਦੇ ਜੋ ਐਟਮਸ ਹੁੰਦੇ ਨੇ ਇੱਕ ਦੂਜੇ ਨੂੰ ਬਹੁਤ ਘੱਟ ਅਟਰੈਕਟ ਕਰਦੇ ਨੇ। ਆਹ ਸੌਰੀ ਅਟਰੈਕਟ ਅਟਰੈਕਸ਼ਨ ਕਹਤੀ ਬਹੁਤ ਘੱਟ ਊਰਜਾ ਹੁੰਦੀ ਹੈ। ਯਾਨੀ ਇੱਧਰ ਉੱਧਰ ਬਹੁਤ ਘੱਟ ਫਿਰਦੇ ਨੇ। ਆਪਣੀ ਜਗ੍ਹਾ ਦੇ ਉੱਤੇ ਹੀ ਫਿਰਦੇ ਰਹਿੰਦੇ ਨੇ। ਜੇ ਮਕੈਨੈਟਿਕ ਐਨਰਜੀ ਹੁੰਦੀ ਹੈ ਉਸ ਤਰ੍ਹਾਂ ਇਹਨਾਂ ਵਿੱਚ ਕੈਨੇਟਿਕ ਐਨਰਜੀ ਬਹੁਤ ਜ਼ਿਆਦਾ ਘੱਟ ਹੁੰਦੀ ਹੈ। ਬਹੁਤ ਹੀ ਜ਼ਿਆਦਾ ਕਾਈਨੇਟਿਕ ਐਨਰਜੀ ਲਗਾਉਂਦੇ ਹੈ ਜਿਆਦਾ ਪਿਗਲਦੇ ਹਨ ਜਾਂ ਹੋਰ ਕੁਝ। ਇਹਨਾਂ ਵਿੱਚ ਵੱਧ ਊਰਜਾ ਹੁੰਦੀ ਹੈ। ਯਾਨੀ ਇਹਨਾਂ ਵਿੱਚ ਵੱਧ ਕਾਈਨੇਟਿਕ ਐਨਰਜੀ ਹੁੰਦੀ ਹੈ। ਇਹਨਾਂ ਵਿੱਚ ਬਹੁਤ ਜ਼ਿਆਦਾ ਕਾਈਨੇਟਿਕ ਐਨਰਜੀ ਹ ਜੋ ਕਣਾਂ ਵਿਚਕਾਰ ਬਲ ਹੈ ਉਹ ਬਹੁਤ ਜ਼ਿਆਦਾ ਹੁੰਦਾ ਹੈ ਇੱਕ ਦੂਜੇ ਪ੍ਰਤੀ ਹੁਣ ਦੇਖੋ ਉਹ ਕਣਾਂ ਦੇ ਬਲ ਨੂੰ ਤੋੜਨਾ ਬਹੁਤ ਮੁਸ਼ਕਲ ਹੁੰਦਾ ਹੈ ਤੇ ਇਸੇ ਦੇ ਕਾਰਨ ਉਹਨਾਂ ਨੂੰ ਪਿਘਲਣਾ ਤੋਗਲਾਣਾ ਮੁਸ਼ਕਲ ਹੁੰਦਾ ਹੈ ਅਧਿਆਨ ਦੇ ਕਣ ਵਿਚਕਾਰਿਆ ਨੇ ਐਟਮਸ ਵਿਚਕਾਰ ਜੋ ਬਲ ਹੈ ਉਹ ਦਰਮਿਆਨਾ ਹੁੰਦਾ ਵਿੱਚ ਵਿਚਾਲਾ ਹੁੰਦਾ ਐਨ ਵਿੱਚ ਤਾਂ ਬਿਲਕੁਲ ਘੱਟ ਹੁੰਦਾ ਐਨ ਦੇ ਕਾਰਨ ਸਭ ਤੋਂ ਘੱਟ ਗਤੀਸ਼ੀਲ ਹੁੰਦੇ ਹਨ ਐਨ ਦੇ ਕਾਰਨ ਸਭ ਠੋਸਾ ਤੋਂ ਵੱਧ ਗਤੀਸ਼ੀਲ ਹੁੰਦੇ ਹਨ ਅਤੇ ਇਹਨਾਂ ਦੇ ਕਣ ਸਭ ਤੋਂ ਵੱਧ ਗਤੀਸ਼ੀਲ ਹੁੰਦੇ ਨੇ ਇਹ ਪੈਰ ਵਿੱਚ ਯਾਦ ਕਰ ਲੈ ਸਾਰੇ ਦੇ ਸਾਰੇ ਜਿਨੇ ਵੀ ਸੀ ਇਹ ਇੰਗਲਿਸ਼ ਵਾਲਿਆਂ ਨੂੰ ਵੀ ਦਿਖਾ ਦਿੰਨੇ ਆ ਹੁਣ ਆਪਾਂ ਵੀਡੀਓ ਪਾਸ ਕਰਕੇ ਇਹਨਾਂ ਸਭ ਨੂੰ ਦੇਖ ਲਿਓ ਚਲੋ ਹੁਣ ਆਪ ਚੱਲਦੇ ਆ ਇੱਕ ਆਪਣਾ ਪ੍ਰਸ਼ਨ ਇਹ ਆ ਸਕਦੇ ਨੇ ਅ ਗੈਸ ਫਿਲਸ ਕੰਪਲੀਟਲੀ ਦਾ ਵੈਸਲਿਨ ਵਿੱਚ ਇਟ ਇਸ ਕੈਪਟ ਏ ਪਿਆਰ ਵਿੱਚ ਪੱਕਾ ਪ੍ਰਸ਼ਨ ਹੋ ਸਕਦਾ ਹੈ ਕਿ ਤੁਸ ਸਭ ਨੂੰ ਆ ਜਾਵੇ ਪੜ ਲਓ ਇਹ ਸਮਝਾ ਦਿੱਤਾ ਸੀ ਵਿਸ਼ਾ ਕਿ ਗੈਸ ਇੱਕ ਚੀਜ਼ ਦੇ ਵਿੱਚ ਹੈ ਤਾਂ ਉਸ ਨੂੰ ਕਿਵੇਂ ਪੂਰਾ ਦਾ ਪੂਰਾ ਭਰ ਲੈਂਦੀ ਹੈ ਇੱਧਰ ਉੱਧਰ ਜਾ ਕੇ ਤਾਂ ਬੈਰ ਵਿੱਚ ਇਹ ਪੂਰਾ ਪੜ ਲਿਓ ਕੀ ਹੈ ਇਸ ਦੇ ਵਿੱਚ ਇੱਕ ਵਾਰ ਦੱਸ ਹੀ ਦਿੰਨੇ ਆ ਲਿਟਲ ਫੋਰਸ ਹੁੰਦੀ ਹੈ ਅਟਰੈਕਸ਼ਨ ਦੀ ਗੈਸਸਿਸ ਦੇ ਪਾਰਟੀਕਲ ਦੇ ਵਿੱਚ ਇੱਕ ਦੂਜੇ ਦੇ ਨਾਲ ਜਿਆਦਾ ਨਹੀਂ ਰਹਿੰਦੇ ਅਲੱਗ-ਅਲੱਗ ਹੋ ਜਾਂਦੇ ਨੇ ਤਾਂ ਪਾਰਟੀਕਲਸ ਕਿਤੇ ਵੀ ਕਿਧਰਲੀ ਸਾਈਡ ਵੀ ਜਾ ਸਕਦੇ ਨੇ ਤਾਂ ਇਸ ਕਾਰਨ ਵਸ ਗੈਸ ਉਸ ਵਿੱਚ ਫਿਲ ਹੋ ਜਾਂਦੀ ਹੈ ਪੰਜਾਬੀ ਵਾਲਿਆਂ ਨੂੰ ਆਪ ਇਕੱਠੇ ਪ੍ਰਸ਼ਨ ਦਿਖਾ ਦਵਾਂਗੇ ਸਮਝ ਇਕੱਠੇ ਲੋ ਹੁਣ ਗੈਸ ਐਗਜ਼ਰਟਸ ਪ੍ਰੈਸ਼ਰ ਔਨ ਦਾ ਵਾਲਸ ਆਫ ਕੰਟੇਨਰ ਹੁਣ ਜੋ ਗੈਸ ਹੁੰਦੀ ਆਪਣੀ ਇੱਕ ਗੈਸ ਉਹ ਗੈਸ ਦਾ ਪਾਰਟੀਕਲ ਜਿਸ ਉਸ ਦੇ ਵਿੱਚ ਹੋਂ ਉਹ ਪ੍ਰੈਸ਼ਰ ਉਸ ਦੇ ਉੱਤੇ ਐਗਜ਼ਰਟ ਕਰਦੇ ਨੇ ਇਹ ਕਿਉਂ ਹੈ ਪੈਰ ਵਿੱਚ ਕਿਉਂਕਿ ਗੈਸਸਿਸ ਦੀ ਜੋ ਫੋਰਸਿਸ ਆਫ ਅਟ੍ਰੈਕਸ਼ਨ ਨੇ ਇੰਟਰ ਮੋਲੀਕੂਲਰ ਫੋਰਸਿਸ ਨੇ ਯਾਨੀ ਇੱਕ ਦੂਜੇ ਵਾਲਾ ਖਿੱਚੇ ਹੈ ਉਹ ਬਹੁਤ ਘੱਟ ਹੁੰਦੀ ਹੈ ਹੁਣ ਉਹ ਕਿੱਧਰ ਨੂੰ ਵੀ ਕਿੱਧਰ ਨੂੰ ਵੀ ਜਾ ਸਕਦੇ ਨੇ ਤਾਂ ਉਹ ਜਾ ਜਾ ਕੇ ਟਕਰਾਉਂਦੇ ਨੇ ਤਾਂ ਪ੍ਰੈਸ਼ਰ ਪੈ ਜਾਂਦਾ ਹੈ ਫਿਰ ਵਿੱਚੋਂ ਦੇਖੋ ਕਿਸੇ ਵੀ ਚੀਜ਼ ਦੇ ਉੱਤੇ ਫੋਰਸ ਲੱਗਣਾ ਕਿਸੇ ਵੀ ਚੀਜ਼ ਦੇ ਉੱਤੇ ਬਲ ਲੱਗਣਾ ਪ੍ਰੈਸ਼ਰ ਹੀ ਖਵਾਉਂਦਾ ਹੈ ਇਹ ਆਪਾਂ ਤੁਹਾਨੂੰ ਸਭ ਨੂੰ ਇਕੱਠੇ ਦਿਖਾ ਦਿੰਨੇ ਆ ਸੀ ਵਾਲਾ ਵੀ ਸਮਝ ਲਓ ਡੀ ਵਾਲਾ ਵੀ ਸਮਝ ਲਓ ਆ ਵੁੱਡਨ ਟੇਬਲ ਸ਼ੁੱਡ ਵੀ ਕਾਲਡ ਅ ਸੋਲਿਡ ਇੱਕ ਵੁੱਡਨ ਟੇਬਲ ਨੂੰ ਆਪਾਂ ਸੋਲਿਡ ਕਿਉਂ ਕਹਾਗੇ ਯਾਨੀ ਇੱਕ ਲੱਕੜ ਦੇ ਮੇਜ਼ ਨੂੰ ਆਪਾਂ ਅ ਠੋਸ ਅਵਸਥਾ ਵਿੱਚ ਕਿਉਂ ਕਹਾਗੇ ਕਿਉਂ ਕਹਾਗੇ ਕਿਉਂਕਿ ਉਸ ਦੀ ਸ਼ੇਪ ਹੈ ਉਸੇ ਸ਼ੇਪ ਸੇਮ ਹੀ ਰਹੇਗੀ ਯਾਨੀ ਉਸ ਦਾ ਆਕਾਰ ਸੇਮ ਹੀ ਰਹੇਗਾ ਅਜਿਹਾ ਉਸ ਦਾ ਆਇਤਨ ਵੀ ਉਹੀ ਹੈ ਉਸ ਦਾ ਵੋਲਿਊਮ ਵੀ ਉਹੀ ਹੈ ਬਸ ਇਹ ਹੀ ਆ ਰਹੇਗਾ ਬੇਰ ਵਿੱਚ ਤੁਹਾਡਾ ਡੀ ਵਾਲਾ ਆਪਾਂ ਨੇ ਪਹਿਲਾਂ ਸਮਝਾਇਆ ਹੋਇਆ ਹੈ ਕਿ ਵੈਸੇ ਤਾਂ ਤੁਸੀਂ ਹੈਂਡ ਨੂੰ ਮੂਵ ਕਰੋਗੇ 에ਅਰ ਦੇ ਵਿੱਚ ਤਾਂ ਉਹ ਹੋ ਜਾਵੇਗਾ ਬਟ ਜੇ ਸੋਲਿਡ ਬਲੌਕ ਹੋਵੇ वुਡ ਦਾ ਤਾਂ ਤੁਹਾਨੂੰ ਕਰਾਟੇ ਐਕਸਪਰਟ ਦੀ ਲੋੜ ਪਵੇਗੀ ਮੈਨੇ ਇਹ ਪ੍ਰਸ਼ਨ ਦੋ ਸਭ ਨੂੰ ਕਰਾਇਆ ਸੀ ਕਿਸ ਦੇ ਵਿੱਚ ਆਪਣੀ ਸਮਝਾਉਣ ਵਾਲੀ ਵੀਡੀਓ ਚ ਉਨ ਜਿੱਥੇ ਤੁਸੀਂ ਯਾਦ ਕਰ ਸਕਦੇ ਹੋ ਜੋ ਲਿਖਿਆ ਹੋਇਆ ਚਲੋ ਹੁਣ ਆਪਾਂ ਪੰਜਾਬੀ ਵਾਲਿਆਂ ਨੂੰ ਵੀ ਇਹ ਸਾਰੇ ਪ੍ਰਸ਼ਨ ਦਿਖਾ ਦਿੰਨੇ ਆ ਪਹਿਲਾ ਤਾਂ ਆ ਹੈ ਗੈਸ ਪੂਰੀ ਤਰ੍ਹਾਂ ਉਸ ਬਰਤਨ ਨੂੰ ਭਰ ਦਿੰਦੀ ਹੈ ਜਿਸ ਵਿੱਚ ਉਸ ਨੂੰ ਰੱਖਦੇ ਹਾਂ ਗੈਸ ਬਰਤਨ ਦੀਆਂ ਦਿਵਾਰਾਂ ਤੇ ਦਬਾਅ ਪਾਉਂਦੀ ਹੈ ਲੱਕੜ ਦੀ ਮੇਸ ਠੋਸ ਕਹਾਉਂਦੀ ਹੈ ਹਵਾ ਵਿੱਚ ਅਸੀਂ ਆਸਾਨੀ ਨਾਲ ਆਪਣਾ ਹੱਥ ਚਲਾ ਸਕਦੇ ਹਾਂ ਪਰ ਇੱਕ ਠੋਸ ਲੱਕੜੀ ਦੇ ਟੁਕੜੇ ਵਿੱਚ ਹੱਥ ਚਲਾਉਣ ਲਈ ਸਾਨੂੰ ਕਰਾਟੇ ਵਿੱਚ ਮਹਾਰ ਹੋਣਾ ਪਵੇਗਾ ਵਿੱਚ ਆਵੇਗਾ ਤੇ ਵਿਖੇ ਲਿਖਿਆ ਹੋਇਆ ਹੈ ਚਲੋ ਪਿਆਰ ਵਿੱਚ ਅੱਗੇ ਚੱਲਦੇ ਹਾਂ ਆਮ ਤੌਰ ਤੇ ਠੋਸ ਪਦਾਰਥ ਨਾਲੋਂ ਦਰਵਾ ਦੀ ਘਣਤਾ ਘੱਟ ਹੁੰਦੀ ਹੈ ਪਰ ਤੁਸੀਂ ਬਰਫ਼ ਦੇ ਟੁਕੜੇ ਨੂੰ ਪਾਣੀ ਉੱਤੇ ਤੈਰਦੇ ਦੇਖਿਆ ਹੈ ਕਿਉਂ ਹੁਣ ਇਹੇ ਪ੍ਰਸ਼ਨ ਤੋਂ ਸਭਨੇ ਸਾਰੇ ਇੰਗਲਿਸ਼ ਵਾਲੇ ਵੀ ਇੱਥੇ ਸਮਝੋ ਕਿ ਜੋ ਹੁੰਦਾ ਹੈ ਕਿ ਠੋਸ ਜੋ ਹੁੰਦੇ ਨੇ ਆਪਣੀ ਯਾਨੀ ਸੋਲਿਡ ਹੁੰਦੇ ਨੇ ਉਹਨਾਂ ਦੀ ਜੋ ਵੋਲਿਊਮ ਹੁੰਦੀ ਹੈ ਉਹਨਾਂ ਦੀ ਜੋ ਆਪਾਂ ਕੀ ਕਹਿੰਦੇ ਹਾਂ ਡੈਂਸਿਟੀ ਹੁੰਦੀ ਹੈ ਉਹ ਲਿਕਵਿਡ ਵਸਤੂਆਂ ਨਾਲੋਂ ਘੱਟ ਹੁੰਦੀ ਹੈ ਪਰ ਜੇ ਆਪਾਂ ਉਸ ਵਿੱਚ ਲਿਕਵਿਡ ਦੇ ਵਿੱਚ ਬਰਫ਼ ਪਾ ਦਈਏ ਤਾਂ ਬਰਫ਼ ਤਾਂ ਤੈਰਦੀ ਹੋਈ ਨਜ਼ਰ ਆਉਂਦੀ ਹੈ ਇਹ ਕਿਉਂ ਨਾ ਕਿ ਬਰਫ਼ ਜੋ ਹੁੰਦੀ ਹੈ ਉਹ ਕੇਜ ਲਾਈਕ ਸਟਰਕਚਰ ਤੋਂ ਬਣੀ ਹੈ ਕੇਜ ਮਤਲਬ ਇਸ ਤਰ੍ਹਾਂ ਦੇ ਸਟਰਕਚਰ ਤੋਂ ਜਿਵੇਂ ਆਪਾਂ ਬਣਾ ਰਿਹਾ ਇੱਥੇ ਇਸ ਤਰ੍ਹਾਂ ਦਾ ਸਟਰਕਚਰ ਹੁੰਦਾ ਉਸ ਦਾ ਪਿੰਜਰੇ ਵਰਗਾ ਸਟਰਕਚਰ ਤਾਂ ਬਈ ਆਰੇ ਬੱਚਿਓ ਇਸ ਕਾਰਨ ਵਾਸਤੇ ਉਸ ਦੇ ਅੰਦਰ ਤਾਂ ਜ ਕੁਝ ਜ਼ਿਆਦਾ ਹੈ ਨਹੀਂ ਬਟ ਲੱਗਦੀ ਜ਼ਰੂਰ ਹੈ ਉਸ ਆਲੋਇਡ ਬਿਲਕੁਲ ਛੋਟੇ ਛੋਟੇ ਉਸ ਦੇ ਪਿੰਜਰੇ ਵਾਲੇ ਲਾਈਨਾਂ ਦੀਆਂ ਹੁੰਦੀਆਂ ਹਨ ਤੇ ਇਸ ਕਾਰਨ ਵਾਸਤੇ ਬਈ ਆਰੇ ਵਿੱਚ ਇਹ ਆ ਜਾਵੇਗਾ ਤੁਹਾਡਾ ਇੱਥੇ ਹਾਈਡਰੋਜਨ ਬੰਧਨ ਇਹ ਸਾਰਾ ਕੁਝ ਲਿਖਿਆ ਹੈ ਬਟ ਤੁਸੀਂ ਯਾਦ ਕੀ ਰੱਖਣਾ ਕਿ ਉਸ ਦਾ ਪਿੰਜਰੇ ਵਰਗਾ ਸਟਰਕਚਰ ਹੁੰਦਾ ਹੈ ਯਾਨੀ ਉਸ ਦਾ ਕੇਜ ਵਾਲਾ ਇੱਕ ਸਟਰਕਚਰ ਹੁੰਦਾ ਹੈ ਵੈਸਤਾ ਇਹ ਬਹੁਤ ਹੀ ਵਧੀਆ ਰਿਸੋਰਸ ਹੈ ਯਾਦ ਕਰੰਨੋ ਬਟ ਉਹ ਜ਼ਰੂਰੀ ਯਾਦ ਰੱਖੇ ਬਈ ਆਰੇ ਵਿੱਚ ਕਿ ਕੀ ਆਵੇਗਾ ਇਸ ਦੇ ਵਿੱਚ केज लाइक स्ट्रक्चर इज द उत्तर ਆਵੇਗਾ ਕੇਜ लाइक स्ट्रक्चर ਹੁੰਦੇ ਉਹ ਹੋਲਿਕ ਦੇਣਾ ਪਿਆਰੇ ਵਿੱਚ ਤੋਂ ਸਭ ਨੇ ਵੈਸੇ ਇਹ ਵਾਲਾ ਵੀ ਯਾਦ ਕਰ ਸਕਦੇ ਜੇ ਕਰਨਾ ਚਾਹੁੰਦੇ ਹੋ ਹੁਣ ਅੱਗੇ ਆਪਣਾ ਫਾਰਮੂਲੇ ਆ ਜਾਂਦੇ ਨੇ ਇਹ ਤਾਂ ਦੇਖੋ ਇੰਗਲਿਸ਼ ਪੰਜਾਬੀ ਦੋਨਾਂ ਵਿੱਚ ਸੇਮ ਨੇ ਧਿਆਨ ਦੇਣਾ ਸੁਣ ਲਿਓ ਬਸ ਮੇਰੀ ਗੱਲ K 300 ਕੈਲਵਿਨ ਤਾਂ ਫਾਰਮੂਲਾ ਤੁਹਾਡਾ ਕੀ ਹੁੰਦਾ ਕੈਲਵਿਨ ਤੋਂ ਸੈਲਸੀਅਸ ਤੋਂ ਕੈਲਵਿਨ ਕੈਲਵਿਨ ਤੋਂ ਸੈਲਸੀਅਸ 273 ਜੇ ਤੁਸੀਂ ਪਲੱਸ ਕਰ ਦਵੋਗੇ ਸੈਲਸੀਅਸ ਤੇ ਕੈਲਵਿਨ ਵਿੱਚ ਉੱਤਰ ਆ ਰਵੇਗਾ ਮੰਨ ਲਓ 10 ਸੈਲਸੀਅਸ ਹੈ ਤਾਂ 273 ਇਹਦੇ ਵਿੱਚ ਪਲੱਸ ਕੀਤਾ ਤਾਂ ਕਿੰਨਾ ਆ ਗਿਆ ਤੁਹਾਡਾ 283 ਕਿੰਨਾ ਆ ਗਿਆ 283 ਕੇਲਵਿਨ 283 ਕੇਲਵਿਨ ਤਾਂ ਸਭ ਦਾ ਉੱਤਰ ਆ ਗਿਆ ਚਲੋ ਪਿਆਰੇ ਬੱਚਿਓ ਅੱਗੇ ਵੀ ਆਪਾਂ ਸਮਝਦੇ ਹੁਣ 283 ਕੇਲਵਿਨ ਤੋਂ ਬਾਅਦ ਉਸੇ ਤਰ੍ਹਾਂ ਇੱਥੇ ਕੇਲਵਿਨ ਤੋਂ ਆਪਾਂ ਸੈਲਸੀਅਸ ਕਨਵਰਟ ਕਰਦੇ ਜਿਹੜਾ ਇੱਧਰ ਪਲੱਸ ਦਾ ਉਹਨੂੰ ਜਦੋਂ ਅੰਦਰ ਮਾਈਨਸ ਹੈ ਇਸ ਤਰ੍ਹਾਂ ਇਹ ਸਾਰੇ ਆਪਣੇ ਆਗੇ ਸੈਲਸੀਅਸ ਵਿੱਚ ਉੱਤਰ ਤੇ ਚਲੋ ਪਿਆਰੇ ਬੱਚਿਓ ਫਿਜ਼ੀਕਲ ਸਟੇਟ ਵਾਟਰ ਦਾ ਕੀ ਹੋਵੇਗਾ ਆ ਪੰਜਾਬੀ ਵਾਲੇ ਵੀ ਇਹਨਾਂ ਨੂੰ ਦਿਖਾ ਦਿੰਨੇ ਆ ਇਕੱਠੇ ਆਪਾਂ ਹੁਣ ਕਿ ਪਾਣੀ ਕਿਸ ਤਰ੍ਹਾਂ ਹੋ ਆਪਾਨੂੰ ਮਿਲੇਗਾ 250 ਡਿਗਰੀ ਸੈਲਸੀਅਸ ਦੇ ਉੱਤੇ ਹੁਣ ਦੇਖੋ 250 ਡਿਗਰੀ ਸੈਲਸੀਅਸ ਤੇ ਪਾਣੀ ਨਾ ਉਬਲ ਰਿਹਾ ਹੁੰਦਾ ਹੈ ਤਾਂ ਪਾਣੀ ਗੈਸ ਵਿੱਚ ਹੋਵੇਗਾ ਕਿ ਦੇ ਵਿੱਚ ਹੋਵੇਗਾ ਦਰਵ ਦਰਵ ਤਾਂ ਨਹੀਂ ਗੈਸੀ ਅਵਸਥਾ ਵਿੱਚ ਕੀ ਹੋਵੇਗਾ ਗੈਸੀ ਅਵਸਥਾ ਜੀ ਯਾਨੀ ਗੈਸੀਅਸ ਸਟੇਟ ਵਿੱਚ 100 ਡਿਗਰੀ ਸੈਲਸੀਅਸ ਤੇ ਦੇਖੋ 100 ਡਿਗਰੀ ਸੈਲਸੀਅਸ ਤੇ ਉਹ ਉਬਾਲ ਉਬਾਲ ਲੈ ਖਾਰੇ ਹੁੰਦੇ ਤੇ ਮੇਰੇ ਵਿੱਚ ਅੱਧਾ ਤਾਂ ਉਹ ਉਬਲ ਗਿਆ ਹੋਵੇਗਾ ਹਵਾ ਵਿੱਚ ਹੋਵੇਗਾ ਅੱਧਾ ਲਿਕਵਿਡ ਵਿੱਚ ਹੋਵੇਗਾ ਤਾਂ ਦਰਵ ਅਤੇ ਗੈਸੀ ਦੋਨਾਂ ਵਿੱਚਕਾਰ ਆ ਰਹੇਗਾ ਯਾਨੀ ਦੋਨੋਂ ਹੀ ਹੋ ਸਕਦੇ ਨੇ ਫਾਰ ਐਨੀ ਸਬਸਟੈਂਸ ਵਾਈ ਡਸ ਅ ਟੈਂਪਰੇਚਰ ਰਿਮੇਨ ਕਨਸਟੈਂਟ ਊ ਟੂ ਡੂ ਇਨ ਦਾ ਚੇਂਜ ਆਫ ਸਟੇਟ ਤੇ ਬਾਰੇ ਵਿੱਚ ਲੇਟੈਂਟ ਹੀਟ ਆਫ ਇਹ ਲੇਟੈਂਟ ਹੀਟ ਆ ਦਵੇ ਗイズ ਨੂੰ ਸਮਝਣ ਦੀ ਲੋੜ ਹੀ ਨਹੀਂ ਐ ਤੁਸ ਸਭ ਨੇ ਬਸ ਇਸ ਨੂੰ ਯਾਦ ਕਰਨਾ ਐ ਅੱਛੀ ਤਰ੍ਹਾਂ ਯਾਦ ਕਰ ਲਓ ਇਸ ਨੂੰ ਚਲੋ ਹੁਣ ਪੰਜਾਬੀ ਵਾਲਿਆਂ ਨੂੰ ਵੀ ਇਹ ਦਿਖਾ ਦਿੰਨੇ ਆ ਇੱਕ ਹੋਰ ਪ੍ਰਸ਼ਨ ਚਲੋ ਇਹ ਵੀ ਕਰ ਦਿੰਨੇ ਆ ਲਿਕਵਿਫਾਈ ਕਿਵੇਂ ਕਰਾਂਗੇ ਐਟਮੋਸਫੇਰਿਕ ਗੈਸੈਸ ਨੂੰ ਗੈਸੈਸ ਜੋ ਹੁੰਦੀਆਂ ਨੇ ਉਹਨਾਂ ਨੂੰ ਆਬਾ ਨੇ ਲਿਕਵਿਡ ਚ ਕਨਵਰਟ ਕਰਨਾ ਐ ਸਭ ਤੋਂ ਪਹਿਲਾਂ ਤਾਂ ਐਪਲਾਈ ਕਰਾਂਗੇ ਪ੍ਰੈਸ਼ਰ ਜਿਉਂ ਉਹਨਾਂ ਤੇ ਪ੍ਰੈਸ਼ਰ ਐਪ ਪ੍ਰੈਸ਼ਰ ਅਪਲਾਈ ਕਰਾਂਗੇ ਤਾਂ ਪਾਰਟਿਕਲਸ ਇਕੱਠੇ ਹੋਣੇ ਸ਼ੁਰੂ ਹੋ ਜਾਣਗੇ ਐਕਸਪਲੇਨੇਸ਼ਨ ਵਾਲੀ ਵੀਡੀਓ ਚ ਦੂਜਾ ਹੈ ਕਿ ਟੈਂਪਰੇਚਰ ਨੂੰ ਰਿਡਿਊਸ ਕਰ ਦਾਂਗੇ ਯਾਨੀ ਉਹਨਾਂ ਨੂੰ ਠੰਡਕ ਪ੍ਰਦਾਨ ਕਰ ਦਾਂਗੇ ਚਲੋ ਹੁਣ ਇਹੀ ਪ੍ਰਸ਼ਨ ਤੁਸੀਂ ਪੰਜਾਬੀ ਵਾਲੇ ਵੀ ਦੇਖ ਲਵੋ ਆ ਸਾਰੇ ਇਹਨਾਂ ਪ੍ਰਸ਼ਨ ਆਪਣੇ ਇਹ ਵੀਡੀਓਜ਼ ਕਰਕੇ ਅਤੇ ਇਹ ਚਲੋ ਹੁਣ ਗਰਮ ਖੁਸ਼ਕ ਦਿਨ ਵਿੱਚ ਕੂਲਰ ਵਧੇਰੇ ਠੰਡਾ ਕਿਉਂ ਕਰਦਾ ਹੈ ਹੁਣ ਦੇਖੋ ਪਿਆਰੇ ਬੱਚੇ ਇਹ ਪੰਜਾਬੀ ਇੰਗਲਿਸ਼ ਵਾਲੇ ਵੀ ਸਮਝੋ ਕਿ ਕੂਲਰ ਜੋ ਹੁੰਦਾ ਹੈ ਉਹ ਆਪਣੀ ਠੰਡਕ ਜ਼ਿਆਦਾ ਕਿਉਂ ਪ੍ਰਦਾਨ ਕਰਦਾ ਜਿਸ ਦਿਨ ਗਰਮੀ ਹੁੰਦੀ ਹੈ ਤੇ ਫਿਰ ਵਿੱਚ ਕੂਲਰ ਦੇ ਵਿੱਚ ਜਦੋਂ ਪਾਣੀ ਹੁੰਦਾ ਉਹ ਉੱਪਰ ਨੂੰ ਆਉਂਦਾ ਹੈ ਐਵੇਪੋਰੇਸ਼ਨ ਦੇ ਕਾਰਨ ਅੰਦੇ ਤੋਂ ਸਭ ਨੂੰ ਪਤਾ ਹੀ ਐਵੇਪੋਰੇਸ਼ਨ ਕਾਜ਼ ਸਕੂਲਿੰਗ ਕੂਲਿੰਗ ਹੁੰਦੀ ਹੈ ਐਵੇਪੋਰੇਸ਼ਨ ਦੇ ਕਾਰਨ ਤਾਂ ਇਸ ਦੇ ਕਾਰਨ ਉਹ ਕੂਲਿੰਗ ਆਪਣੇ ਵੱਲ ਆ ਜਾਂਦੀ ਹਵਾ ਦੇ ਨਾਲ ਨਾਲ ਬਸ ਇਸ ਤਰ੍ਹਾਂ ਦਾਵੇਗਾ ਤੁਹਾਡਾ ਤਾਪ ਵੀ ਉਹ ਸੋਖ ਲੈਂਦਾ ਹੈ ਇਸ ਤਰ੍ਹਾਂ ਬੱਚਿਓ ਤਾਂ ਇਸ ਨੂੰ ਤੁਸੀਂ ਕਰ ਹੀ ਲੈਣਾ ਫਸਟ ਨੂੰ ਇੰਗਲਿਸ਼ ਵਾਲਿਆਂ ਨੇ ਵੀ ਉਹ ਦਿਖਾ ਦਿੰਨੇ ਆਪਾਂ ਥੋੜੀ ਜਿਹੀ ਦੇਰ ਤੱਕ ਗਰਮੀਆ ਵਿੱਚ ਘੜੇ ਦਾ ਪਾਣੀ ਠੰਡਾ ਕਿਉਂ ਹੁੰਦਾ ਸਮਝਾ ਦਿੱਤਾ ਸੀ ਇਹ ਅੱਗੇ ਐਸੀਟੋਨ ਪੈਟਰੋਲ ਦਾ ਸੈਂਟਰਲ ਪੁਆਇੰਟ ਤੇ ਸਾਡੀ ਹਥੇਲੀ ਠੰਡੀ ਹੋ ਜਾਂਦੀ ਹੈ ਇਹ ਵੀ ਸਮਝਾ ਦਿੱਤਾ ਸੀ ਕੱਲ ਸਮਝਾਇਆ ਸੀ ਐਕਸਪਲੇਨੇਸ਼ਨ ਵਾਲੀ ਵੀਡੀਓ ਚ ਇਹ ਸਿਰਫ ਤੁਸਭ ਨੂੰ ਯਾਦ ਕਰਨ ਦੀ ਲੋੜ ਹੈ ਕੱਪ ਦੀ ਬਜਾਏ ਪਲੇਟ ਵਿੱਚ ਅਸੀਂ ਗਰਮ ਦੁੱਧ ਜਾਂ ਚਾਹ ਜਲਦੀ ਕਿਉਂ ਪੀ ਲੈਣੇ ਇਹ ਵੀ ਸਮਝਾਇਆ ਤੁਸਭ ਨੂੰ ਪਲੇਟ ਆਪਾਂ ਕੀ ਕਰ ਸਕਦੇ ਹਾਂ ਇਸ ਨੂੰ ਪਲੇਟ ਨੂੰ ਆਪਾਂ ਹੁੱਸ ਦੇ ਵਿੱਚ ਕਿਹਾ ਸੀ ਆਪਣਾ ਰੁਕ ਜੋ ਇੰਗਲਿਸ਼ ਵਿੱਚ ਆਈ ਜਾਵੇਗਾ ਬਸ ਤਾਂ ਸ਼ਾਇਦ ਡਿਸਟ੍ਰੈਸ ਹੀ ਪਤਾ ਨਹੀਂ ਕੀ ਸੀਗਾ ਆਪਣਾ ਮੈਂ ਭੁੱਲ ਗਿਆ ਗਰਮੀ ਵਿੱਚ ਸਾਨੂੰ ਕਿਸ ਕਿਸਮ ਦੇ ਕੱਪੜੇ ਪਹਿਨਣੇ ਚਾਹੀਦੇ ਹਨ ਦੇਖੋ ਤੁਸਭ ਨੂੰ ਦੱਸਿਆ ਸੀ ਕੀ ਕਾਟਨ ਦੇ ਕੱਪੜੇ ਪਾਉਣ ਚਾਹੀਦੇ ਹਨ ਨਹੀਂ ਯਾਨੀ ਸੂਤੇ ਦੇ ਕੱਪੜੇ ਪਾਉਣੇ ਚਾਹੀਦੇ ਹਨ ਜੋ ਕਿ ਪਸੀਨੇ ਦਾ ਵਾਸ਼ਪੀਕਰਨ ਕਰ ਦਿੰਦੇ ਹੈ ਇਹ ਵੀ ਯਾਦ ਰੱਖਿਓ ਜਿੰਨੇ ਵੀ ਇਹ ਪ੍ਰਸ਼ਨ ਸੀ 5 ਦੇ 5 ਆਪਾਂ ਨੇ ਪਹਿਲਾਂ ਸਮਝਾਏ ਹੋਏ ਨੇ ਪਹਿਲਾ ਤਾਂ ਹੁਣੀ ਸਮਝਾਇਆ ਬਟ ਦੂਜੇ ਤੇ ਚੌਥਾ ਪੰਜਵਾਂ ਸਮਝਾਏ ਹੋਏ ਨੇ ਤਾਂ ਇਹ ਤੁਸੀਂ ਕਰ ਸਕਦੇ ਹੋ ਵੀਡੀਓ ਬਸ ਕਰਕੇ ਦੇਖ ਲਵੋ ਚਲੋ ਇੰਗਲਿਸ਼ ਵਾਲਿਆਂ ਨੂੰ ਵੀ ਆਪਾਂ ਦਿਖਾ ਦਿੰਨੇ ਆ ਵਸ ਤਾਂ ਇੱਕ ਵਾਰ ਦੇਖ ਲੈਨੇ ਹਾਂ ਹਾਂਜੀ ਇੰਗਲਿਸ਼ ਵਾਲਿਆਂ ਨੂੰ ਚਲੋ ਆਪਾਂ ਦਿਖਾਈਏ ਹੁਣ ਦੇਖੋ ਵਾਰਤਾ ਏਰੀਆ ਪਹਿਲਾ ਪ੍ਰਸ਼ਨ ਦੂਜਾ ਤੀਜਾ ਚੌਥਾ ਪੰਜਵਾਂ ਪ੍ਰਸ਼ਨ ਇਹ ਰਹੇ ਆਪਣੇ ਇੱਥੇ ਤੱਕ ਆ ਰਹੇ ਨੇ ਸਾਰੇ ਦੇ ਸਾਰੇ ਹੁਣ ਬਿਆਰੇ ਵਿੱਚ ਆ ਚੁੱਕੇ ਨੇ ਤੁਹਾਡੇ ਟੈਕਸਟ ਬੁੱਕ ਦੇ ਕੁਐਸਚਨ ਆਨਸਰ ਪਹਿਲਾਂ ਤਾਂ ਕੇਲਵਿਨ ਨੂੰ ਸੈਲਸੀਅਸ ਵਿੱਚ ਕਨਵਰਟ ਕਰਨਾ ਕਰ ਲਵਾਂਗੇ ਸੈਲਸੀਅਸ ਨੂੰ ਕੇਲਵਿਨ ਵਿੱਚ ਕਰਨਾ ਕਰ ਲਵਾਂਗੇ ਇਹ ਸਮਝਾ ਦਿੱਤੇ ਸੁੱਸਮ ਨੂੰ ਹੁਣ ਅਗੇ ਨੈਫਥਲੀਨ ਬੋਲਸ ਡਿਸਪੀਅਰ ਵਿਦ ਟਾਈਮ ਵਿਦਾਊਟ ਲੀਵਿੰਗ ਐਨੀ ਸੋਲਿਡ ਸਮਝਾ ਦਿੱਤਾ ਸੀ ਕਿ ਜੋ ਬੋਲਾ ਹੁੰਦੀਆਂ ਨੇ ਬਾਥਰੂਮ ਵਿੱਚ ਜਿਵੇਂ ਆਪਾਂ ਨੂੰ ਨੈਫਥਲੀਨ ਬੋਲਸ ਮਿਲਦੀਆਂ ਨੇ ਉਹ ਡਿਸਪੀਅਰ ਹੋ ਜਾਂਦੇ ਨੇ ਸਬਲੀਮੇਟ ਹੋ ਜਾਂਦੇ ਨੇ ਤਾਂ ਉਹ ਆ ਜਾਵੇਗਾ ਬਿਆਰੇ ਵਿੱਚ ਤੋਂ ਸਬਦਾ ਪੰਜਾਬੀ ਵਾਲਿਆਂ ਨੂੰ ਵੀ ਦਿਖਾ ਦਾਂਗੇ ਅਗੇ ਪਰਫਿਊਮ ਦੀ ਸਮੈ ਦੂਰ ਤੱਕ ਵੀ ਆਪਾਂ ਨੂੰ ਸੁੰਗ ਜਾਂਦੀ ਹੈ ਹੁਣ ਇਹ ਸਮਝੋ ਜੋ ਪਰਫਿਊਮ ਦੇ ਪਾਰਟਿਕਲਸ ਹੁੰਦੇ ਨੇ ਉਹ ਜੋ ਹੁੰਦੇ ਨੇ ਅਤੇ ਜੋ ਆਪਣੇ ਨਾਰਮਲ ਪਾਰਟਿਕਲਸ ਗੈਸ ਦੇ ਹੁੰਦੇ ਨੇ ਉਹਨਾਂ ਵਿੱਚ ਡਿਫਿਊਜ਼ ਜਾਂਦੇ ਨੇ ਉਹਨਾਂ ਵਿੱਚੋਂ ਹੀ ਘੁਲਣ ਲੱਗ ਜਾਂਦੇ ਨੇ ਤੇ ਕੁਝ ਦੇ ਕੁਝ ਉਹ ਆਪਣੇ ਕੋਲ ਪਹੁੰਚ ਜਾਂਦੇ ਨੇ ਜਿਸ ਦੇ ਨਾਲ ਆਪਾਂ ਨੂੰ ਸਮੈਲ ਆ ਜਾਂਦੀ ਹੈ ਬਸ ਇਨੀ ਗੱਲ ਸੀ ਅੱਗੇ ਚੌਥਾ ਪ੍ਰਸ਼ਨ ਵੀ ਸਮਝੋ ਇਸ ਦੇ ਨਾਲ ਹੀ ਅਰੇਂਜ ਦਾ ਫੋਲੋਇੰਗ ਸਬਸਟੈਂਸਸ ਇਨ ਇਨਕਰੀਜ਼ਿੰਗ ਆਰਡਰ ਆਫ ਫੋਰਸਿਸ ਆਫ ਅਟ੍ਰੈਕਸ਼ਨ ਬੀਟਵੀਨ ਦਾ ਪਾਰਟਿਕਲਸ ਵਾਟਰ 슈ਗਰ ਆਕਸੀਜਨ ਕਿ ਦੇਖੋ ਡਿਗਰੀ ਇਨਕਰੀਜ਼ਿੰਗ ਆਰਡਰ ਯਾਨੀ ਸਭ ਤੋਂ ਘੱਟ ਫੋਰਸਿਸ ਆਫ ਅਟਰੈਕਸ਼ਨ ਕਿਸ ਵਿੱਚ ਹੋਵੇਗੀ ਗੈਸ ਚ ਹੋਵੇਗੀ ਗੈਸ ਕਿਹੜੀ ਹੈ ਆਕਸੀਜਨ ਹੈ ਫਿਰ ਹੋਵੇਗੀ ਲਿਕਵਿਡ ਚ ਫਿਰ ਹੋਵੇਗੀ ਸ਼ੂਗਰ ਚ ਤਾਂ ਇਸ ਤਰ੍ਹਾਂ ਆ ਜਾਵੇਗਾ ਇਹਦੇ ਵਿੱਚ ਦੋ ਸਭ ਦਾ ਅੱਗੇ ਪੰਜਵਾਂ ਪ੍ਰਸ਼ਨ ਆਪਾਂ ਬਾਤ ਕਰਦੇ ਪਹਿਲਾ ਪੰਜਾਬੀ ਵਾਲੇ ਵੀ ਇਹਨਾਂ ਪ੍ਰਸ਼ਨਾਂ ਨੂੰ ਦੇਖ ਲੋ ਇੱਕ ਕਰ ਪਹਿਲਾ ਇਹ ਰਹੇਗਾ ਦੂਜਾ ਇਹ ਰਹੇਗਾ ਤੀਜਾ ਇਹ ਰਹੇਗਾ ਅਤੇ ਚੌਥਾ ਆਹ ਸੌਰੀ ਚੌਥਾ ਇਹ ਰਹੇਗਾ ਤਾਂ ਇਹਦੇ ਵਿੱਚ ਇਹ ਤੁਹਾਡੇ ਹੋ ਜਾਣਗੇ ਪਹਿਲੇ ਚਾਰ ਪ੍ਰਸ਼ਨ ਪੰਜ ਸਮਝੀਏ ਹੁਣ ਆਪਾਂ ਹੇਲਿਕੀ ਤਾਪਮਾਨ 'ਤੇ ਪਾਣੀ ਦੀ ਭੌਤਿਕ ਅਵਸਥਾ ਕੀ ਹੋਵੇਗੀ? ਯਾਨੀ ਪਾਣੀ ਦੀ ਜੋ ਵੇਪ ਕਿਸ ਵੇ ਦੇ ਵਿੱਚ ਪਾਣੀ ਆਪਾਂ ਮਿਲੇਗਾ। ਹੁਣ ਦੇਖੋ 25 ਡਿਗਰੀ ਸੈਲਸੀਅਸ 'ਤੇ ਪਾਣੀ ਕੀ ਹੋਵੇਗਾ? 25 ਡਿਗਰੀ ਨਾਰਮਲ ਹੁੰਦਾ ਹੈ ਪਾਣੀ ਕੀ ਹੋਵੇਗਾ? ਨਾਰਮਲ ਆਪਣਾ ਦਰਵ ਅਵਸਥਾ ਵਿੱਚ ਯਾਨੀ ਲਿਕਵਿਡ ਸਟੇਟ ਵਿੱਚ ਹੋਵੇਗਾ। ਕੀ ਆਵੇਗਾ? ਲਿਕਵਿਡ ਸਟੇਟ ਵਿੱਚ। ਆ ਤੇ 0 ਡਿਗਰੀ ਸੈਲਸੀਅਸ 'ਤੇ ਦੇਖੋ 0 ਡਿਗਰੀ ਸੈਲਸੀਅਸ 'ਤੇ ਪਾਣੀ ਠੰਡਾ ਹੋਣਾ ਸ਼ੁਰੂ ਹੁੰਦਾ ਹੈ ਉਹ ਠੋਸ ਵੀ ਹੋ ਸਕਦਾ ਹੈ। ਠੋਸ ਯਾਨੀ ਸੋਲਿਡ ਵੀ ਹੋ ਸਕਦਾ ਹੈ। ਬਰਫ਼ ਵੀ ਬਣ ਸਕਦਾ ਹੈ। ਅਤੇ ਨਾਲ ਨਾਲ ਦਰਬ ਵੀ ਹੋ ਸਕਦਾ ਹੈ ਦਰਬ ਦਾ ਮਤਲਬ ਕੀ ਹੁੰਦਾ ਲਿਕਵਿਡ ਵੀ ਹੋ ਸਕਦਾ ਹੈ 100 ਡਿਗਰੀ ਸੈਲਸੀਅਸ ਤੇ ਦੇਖੋ ਇਹ ਪਹਿਲਾਂ ਕਰਾ ਦਿੱਤਾ ਸੀ ਇਹ ਤਾਂ ਤੁਸੀਂ ਸਮਝਾਈ ਗਿਆ ਹੋਵੇਗਾ ਲਿਕਵਿਡ ਅਤੇ ਗੈਸ ਦੋਨੋਂ ਹੋ ਸਕਦੇ ਨੇ ਹੁਣ ਪਾਣੀ ਕਮਰੇ ਦੇ ਤਾਪਮਾਨ ਦੇ ਦਰਬ ਹੈ ਇਹ ਕਿਉਂ ਹੈ ਬਾਰੇ ਬੱਚਿਓ ਕਿਉਂਕਿ ਜੋ ਆਪਣਾ ਪਾਣੀ ਹੈ ਆਪਣੇ ਕਮਰੇ ਦਾ ਵਾਤਾਵਰਣ ਕਿੰਨਾ ਹੁੰਦਾ 25 ਡਿਗਰੀ ਸੈਲਸੀਅਸ ਤੋਂ ਹੋਵੇਗਾ ਯਾ 0 ਡਿਗਰੀ ਸੈਲਸੀਅਸ ਤਾਂ ਕੀ ਹੋ ਜਾਂਦਾ ਬਾਰੇ ਬੱਚਿਓ ਕਿ ਪਾਣੀ ਨੂੰ ਠੰਡਕ ਵਾਸਤੇ ਤਾਂ 0 ਡਿਗਰੀ ਸੈਲਸੀਅਸ ਚਾਹੀਦਾ ਅੱਜ ਜੰਮਣ ਵਾਸਤੇ ਅਤੇ ਉਬਲਣ ਵਾਸਤੇ 100 ਡਿਗਰੀ ਸੈਲਸੀਅਸ ਚਾਹੀਦੇ। ਉਹ ਤੱਕ ਤਾਂ ਆਪਾਂ ਵੀ ਉਬਲ ਜਾਗੇ ਬਸ ਤਾਂ। ਪਰ ਗੱਲ ਇੰਨੀ ਹੈ ਕਿ ਤਾਂ ਇਸ ਕਾਰਨ ਵਾਸਤੇ ਜੇ ਆਪਣਾ ਨਾਰਮਲ ਟੈਂਪਰੇਚਰ ਉਹਨਾਂ ਨਹੀਂ ਹੀ ਹੁੰਦਾ ਤਾਂ ਕਿਉਂ ਹੀ ਹੋਵੇਗਾ? ਉਸੇ ਤਰ੍ਹਾਂ ਲੋਹੇ ਦੀ ਵੀ ਗੱਲ ਹੈ। ਲੋਹੇ ਨੂੰ ਵੀ ਬਹੁਤ ਹੀ ਜ਼ਿਆਦਾ ਆ ਜ਼ਿਆਦਾ ਤਾਪਮਨ ਚਾਹੀਦਾ ਉਸਨੂੰ ਪਿਘਲਣ ਵਾਸਤੇ ਇਸੇ ਕਾਰਨ ਵਾਸਤੇ। ਲੋਹੇ ਦੀ ਵੀ ਗੱਲ ਆ ਜਾਵੇਗੀ। ਹੁਣ ਦੇਖੋ ਇਹ ਪੇਜ ਵਿੱਚ ਦੋ ਸਾਰੇ ਇੱਕ ਵਾਰ ਦੇਖ ਲਵੋ ਇੰਗਲਿਸ਼ ਵਾਲੇ ਵੀ। 6 ਦਾ A ਅਤੇ 6 ਦਾ B। ਹੁਣ why is ice at 273 kelvin more effective in cooling than water at the same temperature ਇਹ ਪੈਰ ਵਿੱਚ ਇਹ ਵੀ ਤੁਸੀਂ ਸਭ ਨੂੰ ਯਾਦ ਹੀ ਕਰਨਾ ਪਵੇਗਾ ਇਸ ਦੇ ਕੋਈ ਸਮਝਣ ਦੀ ਕੋਈ ਟ੍ਰਿਕ ਤਾਂ ਨਹੀਂ ਹੈ ਬਸ ਇਹ ਲੇਟੈਂਟ ਹੀਟ ਆਫ ਫਿਊਜ਼ਨ ਦੇ ਕਾਰਨ ਹੁੰਦਾ ਹੈ ਇਹ ਤੁਸੀਂ ਸਭ ਨੂੰ ਯਾਦ ਰੱਖਣਾ ਹੈ ਪੰਜਾਬੀ ਵਾਲਿਆਂ ਨੂੰ ਵੀ ਇਹ ਦਿਖਾ ਦੇਵਾਂਗੇ ਯਾਦ ਰੱਖ ਲਓ ਇਸ ਨੂੰ 8th ਵਾਟ ਪ੍ਰੋਡਿਊਸਸ ਮੋਰ ਸੈਵਰ ਬਰਨਸ ਬੋਇਲਿੰਗ ਵਾਟਰ অর ਸਟੀਮ ਇਹ ਤੁਸੀਂ ਸਭ ਨੂੰ ਐਕਸਪਲੇਨੇਸ਼ਨ ਵਾਲੀ ਵੀਡੀਓ ਚ ਸਮਝਾਦਾ ਸੀ ਕਿ ਸਟੀਮ ਜ਼ਿਆਦਾ ਪ੍ਰੋਡਿਊਸ ਕਰੇਗੀ ਕਿਉਂਕਿ ਉਸ ਦੇ ਨਾਲ ਲੇਟੈਂਟ ਹੀਟ ਆਫ ਵੈਪਰਾਈਜੇਸ਼ਨ ਹੋ ਜਾਵੇਗਾ ਇਹ ਵੀ ਪਿਆਰੇ ਬੱਚੀ ਯਾਦ ਕਰਨ ਵਾਲੇ ਪ੍ਰਸ਼ਨਾਂ ਵਿੱਚ ਹੋਇਆ ਨਾ ਤੇ ਇਹ ਕਰ ਲਿਓ ਬਸ ਹੁਣ ਆਪਣਾ ਲਾਸਟ ਕੁਐਸਚਨ ਆ ਚੁੱਕਿਆ ਲਾਸਟ ਕੁਐਸਚਨ ਤੇ ਆਉਂਦੇ ਨੇ ਦੇਖ ਲਓ ਇਹ ਤੁਸ ਸਭ ਨੂੰ ਕਰਾ ਦਿੱਤਾ ਸੀ ਇਸ ਦਾ ਉੱਤਰ ਇਹ ਹੋਵੇਗਾ ਇਹ ਤੁਹਾਡੀ ਬੁੱਕ ਦੇ ਵਿੱਚ ਵੀ ਹੈ ਇਸ ਨੂੰ ਤੁਸੀਂ ਯਾਦ ਰੱਖਣਾ ਹੈ ਪੇਪਰ ਵਿੱਚ ਜ਼ਰੂਰ ਆ ਸਕਦਾ ਪਿਆਰੇ ਵਿੱਚ ਇਹ ਬਸ ਇਸ ਦੇ ਨਾਲ ਹੀ ਚੈਪਟਰ ਐਂਡ ਹੋ ਜਾਵੇਗਾ ਪੰਜਾਬੀ ਵਾਲਿਆਂ ਨੂੰ ਦਿਖਾ ਦੇਣੀ ਇੱਕ ਵਾਰ ਆਪਾਂ ਲਾਸਟ ਵਿੱਚ ਬਸ ਹਾਂਜੀ ਨਿਕਾ 273 ਕੇਲਵਿਨ ਤੇ ਬਰਫ਼ ਨੂੰ ਇਹ ਯਾਦ ਕਰਨ ਨੂੰ ਕਿਹਾ ਸੀ ਤੁਸ ਸਭ ਨੂੰ 8ਵਾਂ ਪ੍ਰਸ਼ਨ ਵੀ ਯਾਦ ਕਰਨ ਨੂੰ ਕਿਹਾ ਸੀ ਵਜ੍ਹਾ ਤਾਂ ਭਾਫ ਜ਼ਿਆਦਾ ਜਲਨ ਕਰੇਗੀ ਅਤੇ ਲਾਸਟ ਵਾਲਾ ਜੋ ਸਭ ਨੇ ਇਥੋਂ ਦੇਖ ਲੈਣਾ ਬਾਰੇ ਬੱਚੇ ਇਹ ਸਹੀ ਕੀਤਾ ਹੋਇਆ ਮਤਲਬ ਇੱਥੇ ਊੜਾ ਐੜਾ ਈੜੀ ਸਹਾ ਕਕਾ ਲਿਖਿਆ ਹੋਇਆ ਹੈ ਹੋਰ ਤੁਸੀਂ ਬੁੱਕ ਵਿੱਚ ਇਹ ਪੂਰਾ ਬਣਿਆ ਵੀ ਹੋਇਆ ਉੱਥੋਂ ਵੀ ਦੇਖ ਸਕਦੇ ਹੋ ਤੇ ਬਾਰੇ ਵਿੱਚ ਇਸ ਦੇ ਨਾਲ ਹੀ ਦੋ ਸਭ ਦੀ ਅੱਜ ਦੀ ਕਲਾਸ ਹੋ ਜਾਂਦੀ ਖਤਮ ਧੰਨਵਾਦ ਅੱਜ ਦੀ ਵੀਡੀਓ ਦੇਖਣ ਲਈ ਸਬਸਕ੍ਰਾਈਬ ਕਰ ਦਿਓ ਸਾਡੇ ਚੈਨਲ ਨੂੰ